ਏ ਕਿਉਂ ਸਾਨੂੰ ਪਿੰਡੋ ਕਢਾਣਾ ਈ ਕਿਉਂ ਸਾਨੂੰ ਪਿੰਡੋ ਕਢਾਣਾ ਈ ਬਾਹਰ ਨਿਕਲ ਪਿਆਲੀ ਚੋਂ ਚੱਲ ਬਾਹਰ ਚੱਲ ਬਾਹਰ ਚੱਲ ਬਾਹਰ ਚੱਲ ਬਾਹਰ ਨਾ ਤੇ ਤੈਨੂੰ ਕੱਢਣਾ ਨੀ ਕਰੂੰ ਬਾਹਰ ਚੱਲ ਘਰ ਓ ਬਾਹਰ ਚੱਲ ਬਾਹਰ ਨੂੰ ਓ ਆ ਕੱਟੀ ਵੇਖਿਆ ਦੂਸਰੀ ਪਿਆਲੀ ਚ ਵੜ ਗਈ ਸੀ ਇੰਜ ਸਾਡੀ ਪਿਆਲੀ ਚ ਵੜੀ ਹੁੰਦੀ ਨਾ ਅਸੀਂ ਮਾੜਾ ਮੋਟੇ ਚਲੋ ਕਹਿਣਾ ਤੇ ਹੈ ਹੀ ਪਰ ਸਾਡੀ ਮੱਝ ਜਿਹਾ ਹੁਣ ਪਿਆਲੀ ਚ ਵੜ ਗਈ ਕੱਟੀ ਤੇ ਹੁਣ ਜੇ ਵੇਖ ਲੈਂਦਾ ਨਾ ਕੋਈ ਤੇੜੀ ਉਹ ਤੇੜੀ ਟਕੜਾ ਮਾਰ ਜੀ ਬਾਈ ਗੁੱਸੇ ਚ ਨੇ ਭੂੜਾ ਫੜਕ ਜੂ ਲੈਂਦਾ ਉਹਨੇ ਸਾਨੂੰ ਜਾਣਾ ਘਾੜ ਲਾਮਾ ਦੇਣਾ ਸੀ ਅੰਮੀ ਕੋ ਬੀਸੀ ਹੋਣੀ ਆ ਬੋਹਣਾ ਕੋ ਬੀਸੀ ਹੋਣੀ ਕਿ ਤੁਸੀਂ ਡੰਗਰ ਫੜ ਕੇ ਨਹੀਂ ਖੜ ਸਕਦੇ ਪੂਰੀ ਢੀਂਡੀ ਬਾਬਾ ਹੋ ਜਾਣੀ ਸਾਡੇ ਆ ਵੇਖੋ ਜੇ ਵੀ ਨਹੀਂ ਮੋਰਾਂ ਦੀ ਰਾਹ ਜਾਂਦੀ ਵੀ ਦੂਜਿਆਂ ਦੇ ਪੱਠੇ ਯਮ ਯਮ ਕਰਨ ਡਈ ਬਾਨੋ ਇਹਨੂੰ ਬਾਹਰ ਕੇ ਜਾਨਵਰ ਚਲੋ ਜੀ ਹੈਨਾ ਮੈਨੂੰ ਫੇਰ ਚੇਤਾ ਭੁੱਲ ਗਿਆ ਹਜੇ ਕਿਉਂ ਮਾਰਨੀ ਟਕੜਾ ਕਿਉਂ ਮਾਰਨੀ ਟਕੜਾ ਕਿਉਂ ਮਾਰਨੀ ਟਕੜਾ ਆ ਮਸ਼ੀਨ ਆਉਂਦਾ ਨੀ ਤੇ ਬੋਹ ਆਉਂਦੀ ਤੈਨੂੰ ਤੁਹਾਡੇ ਕੋਲ ਆਉਂਦੀ ਸੀ ਕੱਟਾ ਹੀ ਵੇਂਦਾ ਮਹੀਨੇ ਮਹੀਨੇ ਬਾਅਦ ਤੁਸੀਂ ਨਹਾਉਣਾ ਹੁੰਦਾ ਵਾਲ ਵੀ ਕਟਾ ਕੇ ਆਓ ਤੁਸੀਂ ਉਹ ਕਟਾ ਕੇ ਆਓ ਮੈਂ ਕਟਾਵਾਂਗਾ ਜੇ ਵਿਆਹ ਹੋਏਗਾ ਮੈਂ ਵੀ ਕਟਾਵਾਂਗਾ ਜੇ ਵਿਆਹ ਹੋਏਗਾ ਸੋਹਣਾ ਗੱਡੀ ਨਵਾਤੀ ਆ ਉਹ ਕਹਿੰਦੀ ਨਵਾ ਅਭੀ ਵੀ ਥੋੜਾ ਜਿਹਾ ਨਾ ਚਾਹ ਫੇਰ ਠੀਕ ਪਰਚੀ ਦੇ ਉੱਤੇ ਨਾਂ ਜਾਣਾ ਮੈਂ ਲਿਖ ਲਿਆ ਜੇ ਆਪਣਾ ਕੱਢੀਏ 1 2 5 ਲੈਟਸ ਗੋ ਤੇ ਜਲਦੀ ਜਲਦੀ ਚੱਲ ਲਓ ਹੋਏ 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 ਇਹ ਸਾਡੀ ਵੀ ਟਰਾਲੀ ਹੈ ਅਸਲਾਮ ਵਾਲੇਕੁਮ ਕੀ ਹਾਲ ਸੋਹਣਾ ਮੈਂ ਵਾ ਜੀ ਹਮਜ਼ਾ ਸਿੱਧੂ ਮੈਂਬਰਾਂ ਦੇ ਖੁਆਲਾ ਜੈਸਾ ਕਿ ਤੁਹਾਨੂੰ ਪਤਾ ਅਸੀਂ ਟਰਾਲੀ ਦੇ ਕੇ ਗਏ ਹਾਂ ਕਲਰ ਕਰਾਉਣ ਵਾਸਤੇ ਰੰਗ ਕਰਾਉਣ ਵਾਸਤੇ ਫਿੱਟ ਫੁੱਟ ਕਰਾਉਣ ਵਾਸਤੇ 0 ਮੀਟਰ ਕਰਾਉਣ ਵਾਸਤੇ ਉਹਦੀ ਹਾਲ ਜੀ ਤੁਹਾਡੇ ਸਾਹਮਣੇ ਮੈਂ ਵੇਖੋ ਚੈੱਕ ਕਰੋ ਮਾਸ਼ਾਅੱਲਾ ਕਿੱਡੀ ਜੈਨ ਮਾਸ਼ਾਅੱਲਾ ਮਾਸ਼ਾਅੱਲਾ ਪਿਆਰੀ ਜੈਨ ਹੋ ਗਈ ਹੈ ਆਈਏ ਜੀ ਇਹਨਾਂ ਪੇਂਟ ਸ਼ੇਂਟ ਹੋ ਰਿਹਾ ਹੈ ਅਤੇ 1-2 ਦਿਨ ਬਾਅਦ ਚੱਕਰ ਲੱਗਾ ਅਤੇ ਆ ਕੇ ਵੇਖਿਆ ਮੈਂ ਆਹ ਵੇਖੋ ਆਈਏ ਜੀ ਇਹਨਾਂ ਪੂਰੀ ਸ਼ਕਲਾਂ ਸ਼ੁਕਲਾਂ ਵੱਧ ਵੱਧ ਮੇਰੀ ਸ਼ਕਲ ਤਾਂ ਨਹੀਂ ਬਾਈ ਕਿਤੇ ਕਮੈਂਟ ਬਾਈ ਦੱਸੋ ਭਲਾ ਕਿਹਦਾ ਮੂੰਹ ਬਣਾ ਰਿਹਾ ਨੇ ਇੱਕ ਇਹ ਵੀ ਮੂੰਹ ਬਣਾਇਆ ਇੱਕ ਉਹ ਵੀ ਮੂੰਹ ਬਣਾਇਆ ਇਹ ਪਤਾ ਨਹੀਂ ਕਿਹਦਾ ਬਣਾ ਰਿਹਾ ਮੂੰਹ ਕਮੈਂਟ ਵਿੱਚ ਜ਼ਰਾ ਦੱਸਿਓ ਹਾਂ ਨਾਲੇ ਕਮੈਂਟ ਵਿੱਚ ਦੱਸਿਓ ਹਾਂ ਮਾਸ਼ਾਅੱਲਾ ਕਿੱਡੀ ਜਿਹੜਾ ਪਿਆਰੀ ਲੱਗਣ ਡਈ ਹੈ ਕਿ ਨਹੀਂ ਉਹ ਲੈਣ ਲੈ 0 ਮੀਟਰ ਬਾਕੀ ਟਾਇਰ ਵੀ ਇਹਦੇ ਜਿਹੜਾ ਚੇਂਜ ਕਰਾਉਣੇ ਨੇ ਟਾਇਰ ਵੀ 0 ਮੀਟਰ ਪਵਾਉਣੇ ਆ ਇਹਨੂੰ ਆਹ ਵੇਖੋ ਜੀ ਜਵਾਨ ਜਿਹੜਾ ਖਾਂਦਾ ਪਕੌੜੇ ਅਤੇ ਨਾਨ ਮੇਰੇ ਤੋਂ ਅਣਜਾਣ ਕੰਮ ਵੇਖੋ ਮਾਸ਼ਾਅੱਲਾ ਜਿਹੜਾ ਨਾ ਕਿੱਡਾ ਸੋਹਣਾ ਬਣਾ ਰਿਹਾ ਫੁੱਲ ਨਵੀਂ ਬਣੀ ਸੀ ਉਦੋਂ ਵੀ ਤੁਸੀਂ ਕੀਤਾ ਸੀ ਕਿਹੜੀ ਸਾਂਝ ਭਰਾ ਬਣੀ 2005 ਕਿੰਨੇ ਸਾਲ ਹੋਏ ਆ ਕੰਮ ਕਰਦੇ 35 ਸਾਲ ਹੋ ਗਏ ਨੇ ਚਾਚਾ ਜੀ ਆਂਜਿਆਂ ਨੇ ਰੰਗ ਵਾਲਾ ਕੰਮ ਕਰਦੇ ਆ ਇਹ ਨਾਲ ਹੀ ਨੇ ਜੀ ਦਸ ਬੂਝਿਆਂ ਦਾ ਆਮਿਸ਼ ਹਾਂਜੀ ਦਾਦਾ ਜੀ ਹੋਣਾ ਜੀ ਇਹਨਾਂ ਨਾਲ ਇੱਥੇ ਲਿਖਾਂ ਜਾਂ ਉੱਥੇ ਸਾਹਮਣੇ ਚਾਚਾ ਜੀ ਆਹ ਸ਼ਕਲ ਕਿਹਦੀ ਬਣਾਈ ਜੇ ਮੇਰੀ ਬਣਾਈ ਜੇ ਅੱਛਾ ਵੈਸੇ ਹੀ ਬਣਾਈ ਤੇ ਮੇਰੀ ਸ਼ਕਲ ਬਣ ਜਾਏਗੀ ਉੱਤੇ ਕਿ ਨਹੀਂ ਮੈਂ ਉਂਝ ਹੀ ਸੋਹਣਾ ਬੀਬਾ ਬੱਚਾ ਆ ਵੇਖੋ ਜਵਾਨ ਨੇ ਬਣਾਇਆ ਜੀ ਦਿਲ ਕਰਦਾ ਜਿਹੜਾ ਮੁੰਡਾ ਕਿੱਲ ਏਡਾ ਪਿਆਰਾ ਹੜਾ ਜੀ ਦੁਲਾਰਾ
ਕੁੱਤੇ ਜਿਹਾ ਨਾ ਕੰਮ ਹੋ ਜਾਂਦਾ ਮੁਕੰਮਲ ਥੱਲੇ ਜਿਹਾ ਨਾ ਇਹ ਰੰਗ ਹੋਣ ਵਾਲਾ ਥੱਲੇ ਥੁੱਲੇ ਅਤੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਦਸ ਦਿਨ ਲੱਗ ਜਾਣਗੇ ਇਹ ਵੇਖੋ ਜੀ ਢੇਰ ਹੀ ਲੱਗਾ ਪਿਆ ਜੀ ਬੁਰਸ਼ੀਆਂ ਦਾ ਕਲੜਾਂ ਦਾ ਹਰ ਡੱਬੇ ਦਾ ਹਰ ਰੰਗ ਦਾ ਕਲਰ ਇੱਥੇ ਮੌਜੂਦ ਹੈ ਜਦੋਂ ਅਸੀਂ ਪਹਿਲਾਂ ਤਿਆਰ ਕਰਾਏ ਸੀ ਨਾ ਇਹ ਟਰੈਲੀ 2005 ਚਾਚਾ ਜੀ ਹੋਣਾ ਜਿਹਾ ਉਦੋਂ ਵੀ ਚਾਚਾ ਜੀ ਹੋਣਾ ਜਿਹਾ ਰੰਗ ਕੀਤਾ ਸੀ ਅਤੇ ਬੜਾ ਉਦੋਂ ਵੀ ਚੰਗੀ ਸੋਹਣੀ ਲੱਗੀ ਚਾਚਾ ਜੀ ਜ਼ੀਰੋ ਮੀਟਰ ਹੋਣੀ ਚਾਹੀਦੀ ਹੈ ਪੌੜੀ ਪੂਰੇ ਪਿੰਡ ਨੂੰ ਪਤਾ ਚਾਚਾ ਨਵੀਂ ਟਰਾਲੀ ਲੈ ਆਉਂਦੀ ਇਹਨਾਂ ਇਨਸ਼ਾਅੱਲਾ ਇਨਸ਼ਾਅੱਲਾ ਚਾਚਾ ਜੀ ਹੋ ਜਾਣਾ ਬੜਾ ਸਹੀ ਕੰਮ ਕਰਦੇ ਨੇ ਕਲਰਿੰਗ ਦਾ ਤੁਸੀਂ ਵੇਖ ਹੀ ਸਕਦੇ ਹੋ ਫੁੱਲ ਡੈਡੀ ਹੋਏਗਾ ਨਾ ਉਦੋਂ ਤੁਹਾਨੂੰ ਵਹਾਵਾਂਗੇ ਲੇਟ ਕਰਾਈ ਹੈ ਪੰਜਾਂ ਸਾਲਾਂ ਬਾਅਦ ਆਹੋ ਹਾਂ ਤਿੰਨ ਚਾਰ ਬਾਕੀ ਆ ਟਾਈਮ ਨਾਲ ਰੰਗ ਕਰਾਉਣਾ ਚਾਹੀਦਾ ਹਾਂਜੀ ਹਾਂਜੀ ਕਲਰ ਸ਼ਲਰ ਤਾਂ ਜਿਹਾ ਹੋਣ ਡਿਆ ਹੈ ਇੱਥੇ ਜਿਹਾ ਸਾਨੂੰ ਮਿਲ ਗਈ ਜੇ ਮੰਕੀ ਇਹ ਚੱਕੀਆਂ ਤੋਂ ਨਹੀਂ ਵੜਦੀ ਕੱਟਦੀ ਹੈ ਚੱਕੀਆਂ ਵੇਂਦੀ ਆ ਵੀ ਮੈਨੂੰ ਤਾਂ ਡਾਲੀ ਲੈ ਆਹ ਮੂਸਾ ਨੂੰ ਬਾਰ ਮੂਸਾ ਨੂੰ ਇਹਨੂੰ ਬਾਰ ਮੂਸਾ ਨੂੰ ਇਹ ਹੀ ਮੂਸਾ ਜਿਹੋ ਜੀ ਸਾਡੀ ਮੰਕੀ ਸੀ ਨਾ ਸੇਮ ਜਿਹਾ ਨਾ ਉਹੋ ਜਿਹੇ ਕੀ ਨਾਂ ਹੈ ਆਪਕਾ ਸੋਹਣਿਓ ਰਿਹਾਨ ਅਤੇ ਸਾਡੇ ਪਿੰਡ ਦਾ ਜਿਹਾ ਨਾ ਮੁੰਡਾ ਰਿਹਾਨ ਜੇ ਇਹਨੇ ਵੀ ਉਹੋ ਜਿਹੀ ਰੱਖੀ ਸੀ ਕਿੱਧਰ ਲੈ ਕੇ ਆਏ ਸੋ ਲੋੜ ਦੇ ਕਿੰਨੇ ਕੀ ਓਏ ਹੋਏ ਹੋਏ ਹੈਂ 40,000 ਕੀ ਉਹ 40 ਓਏ 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 ਮੂਸੇ ਨੂੰ ਪੜ ਲਿਆ ਆਈ ਚਲੋ ਸਰ ਅਗਰ ਚਲੋ ਚੰਗਾ ਰਿਹਾ ਹੁਣ ਵੇਖੋ ਜੇ ਨਾ ਮੰਗੀ ਓਏ ਮੈਨੂੰ ਅੱਗੂ ਪੈਂਦੀ ਜੇ ਜੇ ਸਾਡੇ ਸੀ ਨਾ ਉਹ ਤੇ ਚਲੋ ਗਿੱਜ ਗਈ ਸੀ ਨਾ ਸਾਡੇ ਨਾਲ ਤੇ ਆ ਜਿਹਾ ਤੁਹਾਨੂੰ ਪੈਂਦੀ ਛੱਡ ਨਾ ਦਈ ਹੋ ਭਾਈ ਲੁਣੂ ਲਿਆ ਗਿਆ 40,000 ਜੀ ਤੂੰ ਮੈਨੂੰ ਮੁਝਕੋ ਬਤਾਨਾ ਥਾ ਮੈਂ ਜੋ 20,000 ਕੀ ਲਿਆ ਥਾ 25,000 ਕੀ ਕਿੰਨੇ ਦਿਨ ਹੋਏ ਇਸ ਕੋ ਲਿਆ ਤੇ ਰਮਜ਼ਾਨ ਤੋਂ ਪਹਿਲਾਂ ਦੀ ਲਿਆਂਦੀ ਮਤਲਬ ਅਸੀਂ ਵੀ ਬਾਬਾ ਚਿਰ ਪਹਿਲਾਂ ਹੀ ਲਿਆਂਦੀ ਸੀ ਸਾਡੀ ਜੋ ਨਾ ਵੱਡੀ ਹੋ ਗਈ ਸੀ ਤੇ ਫਿਰ ਜਿਹਾ ਦੱਸੇ ਉਹ ਛੋਟੀ ਫਾਰੀ ਘੁੰਮਕਦੀ ਹੈ ਨਾ ਹੁਣ ਜੀ ਸਾਡੀ ਘੁੰਮ ਘੁੰਮ ਕੇ ਜੇ ਨਾ ਮਾਰੀ ਟੀੜੀ ਪਾਪਾ ਹੋ ਗਈ ਉਹਦੀ ਆਵੇ ਉਹ ਫਿਰ ਪੰਗੇ ਲੈ ਆਉਂਦੇ ਜੀ ਇਹਨਾਂ ਨੇ ਫੜ ਲੈਣਾ ਫਿਰ ਕਰਤਵ ਕਰਤੀ ਹੈ ਉਹ ਕਰਤਵ ਸਿਖਾਓ ਸਕੂਲ ਡਬਾ ਦੀਆਂ ਮਾਰਨਾ ਸਿਖਾਓ ਆ ਵੇਖਿਆ ਨਾ ਜਿੰਜ ਨੇ ਜਾਣੇ ਛੋਟੀ ਫੜਾਈ ਹੈ ਨਾ ਐਂ ਜੀ ਸਾਡੀ ਮਾਂ ਕਿਹਨੂੰ ਕਿਸੇ ਨੇ ਫੜਾਈ ਸੀ ਉਹਨੇ ਕਮੋ ਘੁੱਟ ਮਾਰੀਆਂ ਲਈਆਂ ਤਾਂ ਟੀੜੀ ਪਾਪਾ ਹੋ ਗਈ ਉਹਦੀ ਏ ਕਿੱਥੇ ਆਈ ਹੈ ਹੈਂ ਕਿਤੇ ਫਿਰ ਨਹੀਂ ਤੁਰਨੀ ਹੈ ਬਈ ਮੈਨੂੰ ਨਹੀਂ ਜੀ ਬਹੁਤੀ ਪੈਂਟ ਹੀ ਜਾਣ ਜਾਣ ਫੜਦੀ ਹੈ ਅੱਗੇ ਤੇ ਇਹਨੂੰ ਫੜ ਲਿਆ ਸੀ ਨਾ ਤੇ ਉਹਨੇ ਫਿਰ ਫੜ ਲੈਣਾ ਮੂਸਾ ਤੈਨੂੰ ਟੀੜੀ ਪਾਪਾ ਹੋ ਜਾਣੀ ਹੈ ਮੈਨੂੰ ਕੁਛ ਕਹਿੰਦੀ ਚਲੋ ਲੈ ਜਾਓ ਇਸ ਕੋ ਬੱਚੋ ਕੁਛ ਗਏ ਨਾ ਜੇ ਦੇਣੀ ਆ ਵੇਚਣੀ ਆ ਉਹ ਵੇਚ ਛੱਡ ਮੈਨੂੰ ਲੀਲਾ ਕੋਈ 500 ਰੁਪਈਆ 150 ਰੁਪਈਆ 100 ਰੁਪਈਆ 50 ਰੁਪਈਏ ਲੱਖ ਰੁਪਈਆ ਉਹ ਲਾਈ ਜਾ ਨਾ ਜਾਣ ਨੂੰ ਪੈ ਜਾਣੀ ਲਾਈ ਜਾ ਲਾਈ ਜਾ ਇਹਨਾਂ ਛੇੜ ਨਹੀਂ ਪੰਗੇ ਲੈ ਨੀ ਤੁਰ ਜਾ
ਬੱਕਰੀਆਂ ਗਾਈਆਂ ਨੇ ਰਾਹ ਜਾਂਦੇ ਮਕਾਨ ਨਾ ਹੁਣਾ ਇਹ ਜੇ ਸਾਡੀ ਰਾਣੀ ਤੇ ਉਹ ਜੇ ਸਾਡਾ ਰਾਜਾ ਜਿਹਦਾ ਵੱਜ ਗਿਆ ਬਾਜਾ ਅੱਜ ਦਾ ਖੂਬਸੂਰਤ ਸਨਸੈਟ ਹੋਇਆ ਮੈਂ ਨਿਕਲਿਆ ਬਾਹਰ ਨੂੰ ਤੇ ਧੁੰਦ ਛੁੰਦ ਜੀ ਪੈਣ ਡਈ ਹੈ ਵੇਖੋ ਹੁਣ ਮੌਸਮ ਸੁਬਹਾ ਧੁੰਦ ਹੋਏਗੀ ਕਿ ਨਹੀਂ ਕਿਉਂਕਿ ਠੰਡ ਜ਼ਰਾ ਥੋੜ੍ਹੀ ਥੋੜ੍ਹੀ ਲੱਗਣ ਲੱਗ ਪਈ ਹੈ ਇੱਥੇ ਮੇਰਾ ਪਿਆਰ ਧਿਆਨ ਹੀ ਰੋਆ ਲਈ ਰੋਇਆ ਕੀ ਬੀਜਣ ਉਹ ਦਫਾ ਮਾਰ ਹੀ ਰੋ ਕੀ ਬੀਜ ਕੇ ਕਰਨਾ ਹੀ ਜਿਹੜੀ ਬੀਜਣ ਡਿਆ ਪਹਿਲਾਂ ਹੀ ਖਾ ਲਿਆ ਹਾਂ ਹੀਰੋ ਕੋਈ ਹੈਲਪ ਹੁਲਪ ਦੀ ਲੋੜ ਹੋਈ ਤੇ ਮੈਨੂੰ ਦੱਸੀ ਨਾ ਹਾਂ ਮੈਂ ਚਲੋ ਹੀਰੋ ਦੀ ਹੈਲਪ ਕਰ ਆਈ ਥੋੜਾ ਜਿਹਾ ਕੰਮ ਸ਼ਾਮ ਹੈ ਤੇ ਦੱਸ ਦੇ ਕਿੱਥੇ ਅੱਛਾ ਜੀ ਕਿਹੜੇ ਸਕੂਲ ਉੱਥੇ ਜਿਸ ਨੀ ਕਿਉਂ ਪੜ੍ਹਦੇ ਰਹੇ ਹਾਂ ਬਾਕੀ ਫੈਨ ਹੋ ਗਏ ਨੇ ਅੱਛਾ ਜੀ ਉਹਨਾਂ ਨੂੰ ਕਿਹਾ ਸਟਾਰ ਅਸੀਂ ਨੀ ਮਿਲਦੇ ਅੰਜ ਅਸੀਂ ਨਹਾ ਧੋ ਕੇ ਮਿਲਨੇ ਆ ਹੀਰੋ ਪਤਾ ਨੀ ਕਿਹਨੂੰ ਟਾਈਮ ਦੇ ਆ ਅੱਜ ਮੇਰੇ ਵੱਲੋਂ ਆਪ ਹੀ ਟਾਈਮ ਦੇ ਆਇਆ ਅੱਜ ਉਹਨਾਂ ਨੂੰ ਕਹੀ ਅਸੀਂ ਨੀ ਅੰਜ ਮਿਲਦੇ ਭਾਅ ਜੀ ਨਹਾ ਧੋ ਕੇ ਮਿਲਾਂਗੇ ਅਸੀਂ ਜਿਸ ਦਿਨ ਨਹਾ ਧੋ ਲੈਣਾ ਸਾਨੂੰ ਸੱਦ ਲੈਣਾ ਅਸੀਂ ਆ ਜਾਵਾਂਗੇ ਅੱਛਾ ਜੀ ਰਸਤੇ ਜਾਂਦੇ ਜੀ ਹੁੰਦੀਆਂ ਬਾਹਰ ਬੂੜ ਕਿਤੇ ਸਵਾਰੀ ਸੁਣੀ ਢੋਣਿਆ ਫੈਨ ਮਿਲ ਜਾਂਦੇ ਨੇ ਨਾ ਉਹ ਫਿਰ ਆਂਦੇ ਨੇ ਮਿਲਣ ਵੱਲੋਂ ਫਿਰ ਬੰਦਾ ਇੰਜ ਮਿਲਣ ਜਾਏ ਤੇ ਫਿਰ ਕਿਹਨੂੰ ਮਿਲਣ ਜਾਏ ਇਹ ਪਿੰਡ ਜਮੀ ਮਸਰੂਫ ਹੋਣਿਆ ਇੱਥੇ ਹੀ ਮਿਲਣ ਆਉਂਦੇ ਨੇ ਫਿਰ ਨਹੀਂ ਮਿਲਿਆ ਜਾਂਦਾ ਕਈਆਂ ਨੂੰ ਉਹਨਾਂ ਨੂੰ ਮਾਜ਼ਰਤ ਅਸੀਂ ਤੁਹਾਡੀ ਦਿਲੋਂ ਇੱਜ਼ਤ ਕਰਦੇ ਹਾਂ ਤੁਹਾਡੀ ਸਪੋਰਟ ਨਾਲ ਤੁਹਾਡੇ ਪਿਆਰ ਨਾਲ ਉਹ ਆਉਂਦੇ ਨੇ ਤੁਸੀਂ ਸਟਾਰ ਹੋ ਬਣ ਗਏ ਹੋ ਸਾਨੂੰ ਆਉਂਦੇ ਨੇ ਤੰਦਰੀਆ ਤੋੜ ਜਾਂਦੇ ਤੁਸੀਂ ਸਟਾਰ ਹੋ ਅਸੀਂ ਕਿੱਥੋਂ ਦੇ ਨਹੀਂ ਸਟਾਰ ਇਹ ਵੇ ਬਸ ਤੁਹਾਡਾ ਪਿਆਰ ਤੁਹਾਡੀ ਸਪੋਰਟ ਤੁਹਾਡੀ ਚਾਹਤ ਜਿੱਥੇ ਵੀ ਅੱਜ ਅਸੀਂ ਬਸ ਜਾਣਾ ਜਦੋਂ ਕਿਸੇ ਮੌਕਾ ਜਿਹਨੇ ਕਿਸਮਤ ਦੇ ਨਾਲ ਹੀ ਮਿਲਿਆ ਜਾਂਦਾ ਜਦੋਂ ਕਿਸਮਤ 'ਚ ਹੋਏਗਾ ਮਿਲ ਲਾਂਗੇ ਸਭ ਨੂੰ ਇਨਸ਼ਾਅੱਲਾ ਬਾਈ ਮੈਨੂੰ ਵੀ ਜਾਈ ਬਾਈ ਮੈਨੂੰ ਵੀ ਜਾਈ ਬਾਈ ਵੀਡੀਓ ਬਣਾਉਣੀ ਆ ਬਾਈ ਮੈਂ ਤੇਰੀ ਅੰਮੀ ਕੋਲ ਡਰਨਾ ਮੇਰਾ ਫੈਨ ਨਹੀਂ ਤੂੰ ਲੁੱਟੀ ਰੋਟੀ ਬਣਾ ਹੈਲੋ ਇੰਝ ਜਿਹਾ ਨਿੱਕਿਆ ਹੁੰਦਿਆਂ ਕੌਣ ਕੌਣ ਟਾਫੀਆਂ ਖਾਂਦਾ ਰਿਹਾ ਕਮੈਂਟ ਵਿੱਚ ਦੱਸਿਓ ਅਸੀਂ ਵੀ ਜੀ ਨਿੱਕੇ ਹੁੰਦੇ ਹਾਂ ਜਦੋਂ ਕੋਈ ਵੰਡਣਾ ਨਹੀਂ ਤੇ ਟਾਫੀਆਂ ਖਲੋ ਰਹੇ ਅਸੀਂ ਵਾਹਵਾ ਇਕੱਠੀਆਂ ਕਰ ਕੇ ਜੇਬੀ ਭਰ ਕੇ ਅਤੇ ਰੱਜ ਲਾਈਦਾ ਸੀ ਬੜਿਆ ਹੁਣ ਵੀ ਉਹ ਖਾਣ ਡਿਆ ਰਾਤ ਦੇ ਡਿਨਰ ਵਿੱਚ ਮੱਗਣ ਆਲੂ ਗੋਭੀ ਨਾਲ ਰੋਟੀ ਚੱਲ ਰਹੀ ਹੈ ਜੀ ਆਇਓ ਤੁਸੀਂ ਵੀ ਜਲਦੀ ਜਲਦੀ ਮੈਂ ਤਾਂ ਜਿਹਦੀ ਡਿਨਰ ਕਰਨ ਦਾ ਕੰਮ ਹੀ ਹੋ ਰਹੀ ਆ ਜਾਂਦੇ ਨੇ ਬੇਸੀ ਕਰਨ ਵਾਸਤੇ ਮੇਰੀ ਬਿਸਮਿਲੇ ਬਾਏ ਬਾਏ ਡਾਇਟ ਇਹਨੂੰ ਬਹਿ ਜਾ ਕੇ ਬਹੁਤ ਹੀ ਟੀਣੀ ਭਾਵ ਹੋਏ ਅੱਲਾ ਹਾਫਿਜ਼।